ਕੰਗਾਰੂ ਉਹਦਾ ਵੀ ਇੱਥੇ ਮੀਟ ਮਿਲਦਾ ਵਾ। ਅੱਜ ਦੇ ਵਲੌਗ ਦੇ ਵਿੱਚ ਗਾਇਸ ਆਪਾਂ ਗੱਲ ਕਰਾਂਗੇ ਜੀ $100 ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਜੇ ਆਪਾਂ ਗਰੋਸਰੀ ਬਾਏ ਕਰਦੇ ਤਾਂ ਉਹਦੇ ਵਿੱਚ ਕੀ ਕੁਛ ਆਈਟਮ ਆਉਂਦੀਆਂ ਨੇ। ਸੋ ਵਲੌਗ ਨੂੰ ਲਾਸਟ ਜ਼ਰੂਰ ਦੇਖਿਓ। ਅੱਜ ਆਪਾਂ $100 ਸਪੈਂਡ ਕਰਨੇ ਆ ਗਰੋਸਰੀ ਤੇ ਤੇ ਦੇਖਾਂਗੇ ਕਿਹੜੀ ਕਿਹੜੀ ਆਈਟਮਸ ਆਉਂਦੀਆਂ ਨੇ। ਫਰੂਟਸ ਵੈਜੀਟੇਬਲ ਸਭ ਕੁਛ ਵੈਸਾ ਹੀ ਨੋਟ ਕੀਤਾ ਹੋਇਆ ਵਾ, ਨਾਲ ਨਾਲ ਤੁਹਾਨੂੰ ਪ੍ਰਾਈਸ ਦੱਸੀ ਜਾਵਾਂਗੇ, ਨਾਲ ਨਾਲ ਆਈਟਮਸ ਦਿਖਾਈ ਜਾਵਾਂਗੇ। ਸੋ ਵਲੌਗ ਨੂੰ ਲਾਸਟ ਜ਼ਰੂਰ ਦੇਖਿਓ, ਸਕਿਪ ਨਾ ਕਰਿਓ ਐਂਡ ਲੈਟਸ ਗੈਟ ਸਟਾਰਟਡ। ਐਂਟਰ ਕਰਦੇ ਸਭ ਤੋਂ ਪਹਿਲਾਂ ਸੈਕਸ਼ਨ ਹੁੰਦਾ ਜੀ ਫਰੂਟਸ ਦਾ। ਇੱਧਰ ਆ ਜੀ ਸਾਰੇ ਮੈਂਗੋ, ਮੈਂਗੋ ਹੈਗੇ ਆ ਜੀ $10 ਪਰ ਪੀਸ ਤੇ ਆਪਾਂ 2 ਪੀਸ ਲੈ ਲਏ ਹੋਏ ਆ। ਤੇ ਇੱਧਰ ਸਾਰੇ ਵਾਟਰਮੈਲਨ ਨੇ, ਮੈਲਨ ਨੇ। ਇੱਧਰ ਸਾਰੀਆਂ ਲੱਗੀਆਂ ਹੋਈਆਂ ਨੇ ਜੀ ਬੈਰੀਸ, ਬਲੈਕ ਬੈਰੀਸ, ਬਲੂ ਬੈਰੀਸ, ਰੈਸ ਬੈਰੀਸ ਐਂਡ ਸਟ੍ਰੋਬੇਰੀਸ। ਫਰੂਟਸ ਆਪਾਂ ਬਾਏ ਕਰ ਲਏ ਹੋਏ ਆ ਜੀ। ਮੈਂਗੋ ਆਇਆ $6 ਦੇ, ਐਪਲ ਆਇਆ $4 ਦੇ, ਆ ਬੈਰੀਜ਼ ਆ ਬਲੂ ਬੈਰੀਸ, ਇਹ ਆਈਆਂ ਨੇ $2 ਦੀਆਂ। ਅਤੇ ਇੱਧਰ ਪੇਅਰ ਆ, ਪੇਅਰ ਆਇਆ $5 ਦੇ। ਇਸ ਤੀ ਵੈਜਿਸ ਲੈ ਕੇ ਨਾਲ ਤੋਲ ਵੀ ਸਕਦੇ ਹੋ 1 ਕਿੱਲੀ। ਹੁਣ ਗਏ ਅਸੀਂ ਆਏ ਜੀ ਵੈਜਿਸ ਵਾਲੇ ਸੈਕਸ਼ਨ 'ਚ। ਅਤੇ ਵੈਜਿਸ ਆਪਾਂ ਬਾਏ ਕੀਤੀਆਂ ਨੇ ਜੀ। ਪਹਿਲਾਂ ਤਾਂ ਟਮਾਟਰ, ਇਹ ਹੈਗੇ ਜੀ $4 ਦੇ। ਇਹ ਆ ਜੀ ਅਨੀਅਨ 1.5 ਕਿੱਲੋ, ਇਹ ਆ ਜੀ $4 ਦੇ। ਇਹ ਆ ਜੀ ਮਸ਼ਰੂਮ $10 ਦੇ ਆ। ਅਤੇ ਹੁਣ ਆਪਾਂ ਬਾਏ ਕਰਨ ਲੱਗੇ ਆ ਬੈਂਗ, ਇਹਦਾ ਆਪਾਂ ਭੜਥਾ ਬਣਾਵਾਂਗੇ। ਆਈ ਥਿੰਕ ਇਹ ਭੜਥੇ ਵਾਲੇ ਨਹੀਂ, ਇਹ ਦੂਜੇ ਹੀ ਆ। ਸੋ ਇਹ ਹੈਗੇ ਆ ਜੀ $7 ਦੇ ਪਰ ਕੇ ਜੀ। ਜਿਹੜੇ ਆਪਾਂ 2 ਬੈਂਗਲ ਨੇ ਆ, ਇਹਨਾਂ ਦਾ ਵੇਟ ਕਰਦੇ ਹਾਂ। ਆਲਮੋਸਟ 1 ਕਿੱਲੋ ਆ। ਹੁਣ ਆਏ ਜੀ ਆਪਾਂ ਨਟਸ ਵਾਲੇ ਸੈਕਸ਼ਨ 'ਚ। ਅਤੇ ਨਟਸ ਆਪਾਂ ਬਾਏ ਕੀਤੀ ਜੀ ਆ ਪਿਸਤਾਚੂ, ਇਹ ਪਿਆ ਜੀ $4 ਦੇ। ਚਲੋ ਇੱਥੇ ਹੋਰ ਵੀ ਕਾਫੀ ਨਟਸ ਹੈਗੇ ਆ, ਦੇਖਿਓ ਕੈਸ਼ੂ ਆ, ਆਲਮੰਡਸ ਆ, ਅਤੇ ਇੱਧਰ ਵਾਲਨਟ ਵੀ ਹੈਗੇ ਆ। ਹਰ ਇੱਕ ਤਰ੍ਹਾਂ ਦੇ ਤੁਹਾਨੂੰ ਨਟਸ ਮਿਲ ਜਾਣਗੇ। ਉੱਤੇ ਪ੍ਰਾਈਜ਼ ਲਿਖਿਆ ਹੋਇਆ ਵਾ $24 ਪਰ ਕੇ ਜੀ। ਇਹ ਵੀ 24 ਆ, ਇਹ 22 ਆ। ਸੋ ਇਹ ਸਾਰੇ ਨਟਸ ਆ। ਹੁਣ ਆਏ ਜੀ ਆਪਾਂ ਐਗਸ ਵਾਲੇ ਸੈਕਸ਼ਨ 'ਚ। ਸੋ ਇੱਥੇ ਕਾਫੀ ਤਰ੍ਹਾਂ ਦੇ ਐਗਸ ਮਿਲਦੇ ਆ। ਅਤੇ ਆਪਾਂ ਚੱਕਾਂਗੇ ਕੇਜ ਫਰੀ, ਇਹ 18 ਐਗਸ ਦਾ ਇਹ ਕੇਸ ਪੈਂਦਾ ਵਾ ਸਾਨੂੰ $6 ਦਾ। ਹੁਣ ਅਸੀਂ ਆਏ ਹਾਂ ਜੀ ਆ ਮੀਟ ਸੈਕਸ਼ਨ 'ਚ। ਅਤੇ ਇੱਥੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਆ ਕਿ ਇੱਥੇ ਜਿਹੜਾ ਨੈਸ਼ਨਲ ਐਨੀਮਲ ਆ ਕੰਗਾਰੂ, ਉਹਦਾ ਵੀ ਮੀਟ ਮਿਲਦਾ ਵਾ। ਆਹ ਦੇਖ ਲਓ, ਆਹ ਸਾਰਾ ਕੰਗਾਰੂ ਦਾ ਮੀਟ ਆ, ਕੰਗਾਰੂ ਫਿਲਟ। ਹਾਂ ਦੇਖੋ, ਆਸਟ੍ਰੇਲੀਆ ਦਾ ਨੈਸ਼ਨਲ ਐਨੀਮਲ ਆ ਅਤੇ ਉਹਦਾ ਵੀ ਇੱਥੇ ਮੀਟ ਮਿਲਦਾ ਵਾ, ਦੇਖ ਲਓ। ਇੱਧਰ ਆ ਜੀ ਕੰਗਾਰੂ ਸਟੀਕ, ਇਹ ਸਾਰਾ ਹੈਗਾ ਵਾ ਮੀਟ ਸੈਕਸ਼ਨ। ਬੀਫ, ਲੈਮ, ਇੱਧਰ ਸਾਰਾ ਵਾ ਚਿਕਨ ਸੈਕਸ਼ਨ। ਅਤੇ ਆਪਾਂ ਚੱਕਿਆ ਵਾ ਜੀ ਹੋਲ ਚਿਕਨ, ਇਹ ਪਿਆ ਵਾ $6.5 ਦਾ। ਅਤੇ ਇੱਧਰ ਸਾਰਾ ਹੈਗਾ ਜੀ ਸੀ ਫੂਡ, ਆ ਫਿਸ਼ ਆ, ਸੈਲਮਨ ਫਿਸ਼ ਆ, ਹਰ ਇੱਕ ਤਰ੍ਹਾਂ ਦੀ ਇੱਥੇ ਫਿਸ਼ ਵੀ ਮਿਲਦੀ ਆ। ਹੁਣ ਆਪਾਂ ਚੱਲਦੇ ਜੀ ਅੱਗੇ ਮਿਲਕ ਸੈਕਸ਼ਨ ਵੱਲ। ਅਤੇ ਇੱਕ ਆਪਾਂ ਚੱਕਣੀ ਆ ਜੀ ਆ ਗਾਰਲਿਕ ਬ੍ਰੈਡ। ਜੇ ਕੋਈ ਗਾਰਲਿਕ ਬ੍ਰੈਡ ਖਾਣ ਦਾ ਸ਼ੌਕੀਨ ਆ ਅਤੇ ਆਹ ਵਾਲੀ ਇੱਕ ਵਾਰੀ ਟਰਾਈ ਜ਼ਰੂਰ ਕਰੇ ਯਾਰ, ਬੜੀ ਘੈਂਟ ਆ। $3 ਦੀ ਆ ਇਹ। ਅਤੇ ਹੁਣ ਚੱਲਦੇ ਆਪਾਂ ਮਿਲਕ ਸੈਕਸ਼ਨ ਵੱਲ। ਇਹ ਸਾਰਾ ਹੈ ਜੀ ਮਿਲਕ ਸੈਕਸ਼ਨ। ਅਤੇ ਆਪਾਂ ਚੱਕਣਾ ਵਾ ਇਹ ਵਾਲਾ 3 ਲੀਟਰ ਦਾ ਵਾ ਲਾਈਟ, $4.5 ਦਾ। ਹੁਣ ਆਏ ਜੀ ਆਪਾਂ ਕਰਡ ਵਾਲੇ ਸੈਕਸ਼ਨ ਦੇ ਵਿੱਚ। ਅਤੇ ਕਰਡ ਚੱਕਿਆ ਵਾ ਆਪਾਂ ਇਹ ਵਾਲਾ ਫੈਟ ਫਰੀ, ਇਹ ਹੈਗਾ ਵਾ $8 ਦਾ। ਹੁਣ ਆਏ ਜੀ ਆਪਾਂ ਬ੍ਰੈਡ ਸੈਕਸ਼ਨ 'ਚ। ਅਤੇ ਇੱਥੇ ਕਾਫੀ ਤਰ੍ਹਾਂ ਦੀਆਂ ਬ੍ਰੈਡਾਂ ਮਿਲ ਜਾਂਦੀਆਂ ਨੇ। ਅਤੇ ਆਪਾਂ ਚੱਕੀਏ ਜੀ ਇਹ ਵਾਲਾ, ਇਹ ਹੈਗੀ ਜੀ $2। ਇਹ ਸਾਰਾ ਯੋਗਰਟ ਸੈਕਸ਼ਨ ਆ। ਅਤੇ ਹੁਣ ਵਾਰੀ ਹੈ ਜੀ ਚਾਹ ਦੇ ਨਾਲ ਜਿਹੜੇ ਆਪਾਂ ਬਿਸਕੁਟ ਖਾਣੇ ਜੀ ਉਹ ਬਾਏ ਕਰਨ ਦੀ। ਅਤੇ ਇੱਕ ਆਪਾਂ ਚੱਕਿਆ ਜੀ ਮੈਕਵਿਟੀਜ਼ ਦਾ ਇਹ ਡਾਈਜੈਸਟਿਵ, ਇਹ ਹੈਗਾ ਜੀ $2.5 ਦਾ। ਅਤੇ ਇੱਕ ਆਪਾਂ ਚੱਕਣਾ ਵਾ ਜੀ ਆਹ ਦੇਖੋ ਸਕੋਚ ਫਿੰਗਰ, ਚਾਹ ਨਾਲ ਬੜੇ ਸਵਾਦ ਲੱਗਦੇ ਆ ਬਿਸਕੁਟ। ਇਹ ਹੈਗਾ ਵਾ ਜੀ 1.25 ਦਾ। ਸਵਾਦ ਉਹ ਬਿਸਕੁਟ ਆਪਾਂ ਚੱਕਾਂਗੇ। ਇੱਥੇ ਗਰੋਸਰੀ ਸਟੋਰ 'ਚ ਕੁਛ ਕੁਛ ਚੀਜ਼ਾਂ ਡਿਸਕਾਊਂਟ 'ਤੇ ਵੀ ਲੱਗੀਆਂ ਹੁੰਦੀਆਂ ਵਾ, ਸੋ ਤੁਸੀਂ ਉਹ ਸਾਰਾ ਵੀ ਨਾਲ ਨਾਲ ਚੈੱਕ ਕਰ ਲਿਆ ਕਰੋ। ਜਿਹੜੇ ਆ ਬਿਸਕਿਟ ਹੀ ਇਹ ਹੈਗੇ ਜੀ ਵੈਸੇ $5 ਦੇ ਆ, ਪਰ ਇਹ $2.5 ਦੇ ਲੱਗੇ ਹੋਏ ਜੀ, ਹਾਫ ਪ੍ਰਾਈਜ਼ ਦੇ ਲੱਗੇ ਸੀ। ਜਿਵੇਂ ਆਹ ਦੇਖੋ ਬੋਰਡ ਲੱਗੇ ਹੋਏ ਆ ਜੀ ਹਾਫ ਪ੍ਰਾਈਜ਼ ਦੇ, 40% ਔਫ, ਆਹ ਵੀ ਹਾਫ ਪ੍ਰਾਈਜ਼। ਸੋ ਇੱਥੇ ਗਰੋਸਰੀ ਸਟੋਰਾਂ ਦੇ ਵਿੱਚ ਡਿਸਕਾਊਂਟ ਵੀ ਤੁਸੀਂ ਦੇਖ ਲਿਆ ਕਰੋ ਕਿਹੜੀ ਕਿਹੜੀ ਚੀਜ਼ਾਂ ਡਿਸਕਾਊਂਟ ਲੱਗੇ ਹੋਏ ਆ। ਆਹ ਸਾਰੀਆਂ ਆਈਟਮਸ ਲੱਗੀਆਂ ਹੋਈਆਂ ਨੇ ਹਾਫ ਪ੍ਰਾਈਜ਼ 'ਤੇ।
ਜਿਵੇਂ ਇਹਦੇ ਵਿੱਚ ਹੈਗੀ ਆ ਸਨੀਕਰਸ ਆ ਦੇਖੋ ਚੋਕਲੇਟਸ ਲੱਗੀਆਂ ਨੇ ਸਾਰੇ ਚੋਕਲੇਟਸ ਹਾਫ ਪ੍ਰਾਈਸ ਲੱਗੇ ਹੋਏ ਨੇ ਕਿਟਕੈਟ ਆ ਦੇਖ ਸੋ ਤੁਹਾਨੂੰ ਖੁਦ ਇੱਥੇ ਆ ਕੇ ਦੇਖਣਾ ਪੈਣਾ ਕਿਹੜੀ ਕਿਹੜੀ ਚੀਜ਼ 'ਤੇ ਡਿਸਕਾਊਂਟ ਲੱਗਾ ਜਿਵੇਂ ਆਹ 40% ਡਿਸਕਾਊਂਟ ਲੱਗਾ ਹੋਇਆ ਵਾ ਕੋਕਾ ਕੋਲਾ 'ਤੇ 40% ਡਿਸਕਾਊਂਟ ਚੱਲ ਰਿਹਾ ਇੱਥੇ ਦੇਖ ਲਓ ਅਤੇ ਇੱਧਰ ਵੀ ਹਾਫ ਪ੍ਰਾਈਜ਼ ਲੱਗਾ ਹੋਇਆ ਵਾ ਆਹ ਸਾਰੀਆਂ ਚੀਜ਼ਾਂ ਵਾ ਜੇ ਤੁਸੀਂ ਗਰੋਸਰੀ ਲੈਣ ਆਉਂਦੇ ਹੋ ਤਾਂ ਥੋੜ੍ਹਾ ਡਿਸਕਾਊਂਟ ਵੱਲ ਧਿਆਨ ਦੇ ਰਿਹਾ ਕਰੋ ਕੁਝ ਕੁਝ ਸਮਾਨ ਸਿਰਫ ਇੰਡੀਅਨ ਸ਼ੋਪ 'ਤੇ ਮਿਲਦਾ ਵਾ ਸੋ ਇੱਥੇ ਇੱਕ ਇੰਡੀਅਨ ਸੈਕਸ਼ਨ ਵੀ ਹੈਗਾ ਵਾ ਆਹ ਦੇਖੋ ਜਿਵੇਂ ਕਿਸੇ ਨੂੰ ਪਾਰਲੇ ਜੀ ਖਾਣਾ ਪਸੰਦ ਹੁੰਦਾ ਵਾ ਸੋ ਇੱਥੇ ਆਹ ਪਾਰਲੇ ਜੀ ਟੋਸਟ ਆਹ ਸਾਰੇ ਬਿਸਕਿਟ ਹੋ ਗਏ ਬੋਬਨ ਆਹ ਲਿਟਲ ਹਾਰਟ ਕਿਹਨੂੰ ਕਿਹਨੂੰ ਪਸੰਦ ਆ ਕਮੈਂਟ ਕਰਕੇ ਦੱਸਿਓ ਹੋਟ ਐਂਡ ਸਵੀਟ ਸੋਸ ਸੋ ਇੰਡੀਅਨ ਸੈਕਸ਼ਨ ਵੀ ਹੁੰਦਾ ਵਾ ਹਰ ਇੱਕ ਗਰੋਸਰੀ ਸਟੋਰ ਦੇ ਵਿੱਚ ਕੋਲਸ ਦੇ ਸੋ ਜੇ ਕੋਈ ਤੁਸੀਂ ਇੰਡੀਅਨ ਗਰੋਸਰੀ ਬਾਏ ਕਰਨੀ ਆ ਤਾਂ ਉਹ ਵੀ ਤੁਸੀਂ ਕਰ ਸਕਦੇ ਹੋ ਜਿਵੇਂ ਇੱਧਰ ਆ ਸਾਰੇ ਨੂਡਲਸ ਆ ਆਹ ਦੇਖੋ ਇਹਨਾਂ 'ਤੇ ਵੀ ਡਿਸਕਾਊਂਟ ਚੱਲ ਰਿਹਾ ਵਾ ਸੋ ਤੁਸੀਂ ਪ੍ਰਾਈਸ ਟੈਗ 'ਤੇ ਇੱਕ ਵਾਰੀ ਜ਼ਰੂਰ ਧਿਆਨ ਦੇਵੋ ਇੱਧਰ ਸਾਰਾ ਸੈਕਸ਼ਨ ਹੈਗਾ ਜੀ ਮੈਗੀ ਦਾ ਆਹ ਦੇਖੋ 2 ਮਿੰਟਸ ਨੂਡਲ ਆਹ ਫਲੇਵਰ ਆ ਅਲੱਗ ਅਲੱਗ ਜਿਵੇਂ ਆਹ ਦੇਖੋ ਐਨੀ $2 $4 $8 ਸੇਵ $2 ਆਹ ਬੀਫ ਵਾਲੀ ਮੈਗੀ ਆ ਆਹ ਚਿਕਨ ਵਾਲੀ ਮੈਗੀ ਆ ਇੱਕ ਆਪਾਂ ਇੱਧਰੋਂ ਚੱਕਣੀਆਂ ਨੇ ਜੀ ਭਿੰਡੀਆਂ ਇਹ ਹੈਗੀਆਂ ਨੇ $2 ਦੀਆਂ ਹੁਣ ਤੱਕ ਪਤਾ ਨਹੀਂ ਕਿੰਨਾ ਟੋਟਲ ਹੋਇਆ ਵਾ ਤੁਹਾਡੇ ਸਾਹਮਣੇ ਮੈਂਸ਼ਨ ਹੋ ਰਿਹਾ ਵਾ ਗਰੋਸਰੀ ਕਰਨ 'ਚ ਬੜਾ ਮਜ਼ਾ ਆਉਂਦਾ ਯਾਰ ਤਾਂ ਆਪਾਂ ਚੱਕੀ ਜੀ ਆ ਪਾਣੀ ਦੀ ਕੈਨੀ 10 ਲੀਟਰ ਦੀ ਇਹ ਹੈਗੀ ਜੀ $4.50 ਦੀ ਗਾਇਸ ਗਰੋਸਰੀ ਲੈ ਕੇ ਆਪਾਂ ਵਾਪਸ ਘਰ ਆ ਚੁੱਕੇ ਹਾਂ ਜੀ ਸੋ ਇਹ ਸਾਰੀ ਗਰੋਸਰੀ ਆਪਾਂ ਬਾਏ ਕੀਤੀ ਆ ਇਹ ਸਾਰੀ ਗਰੋਸਰੀ ਦਾ ਜੋ ਵੀ ਟੋਟਲ ਆ ਉਹ ਸਾਹਮਣੇ ਸਕਰੀਨ 'ਤੇ ਸ਼ੋਅ ਹੋ ਰਿਹਾ ਵਾ ਅਤੇ ਇੱਧਰ ਆਪਣੀਆਂ ਜੀ ਬ੍ਰੈਡ ਮਸ਼ਰੂਮ ਗਾਰਲਿਕ ਬ੍ਰੈਡ ਇੱਧਰ ਆ ਫਰੂਟਸ ਆ ਪੇਅਰ ਹੋ ਗਏ ਮੈਂਗੋ ਚਿਕਨ ਐਪਲ ਅਤੇ ਬਿਸਕਿਟ ਆ ਦੇਖੋ ਟਮੈਟੋ ਬੈਂਗਨ ਜਿਹੜਾ ਬੜੂਗਾ ਭੜਥਾ ਗੰਢੇ ਅਤੇ ਨਾਲ ਭਿੰਡੀਆਂ ਦਹੀਂ ਦੁੱਧ ਅਤੇ ਆਪਣਾ ਇੱਧਰ ਵਾਟਰ ਹੁਣ ਤੁਸੀਂ ਵੀ ਸੋਚ ਰਹੇ ਹੋਗੇ ਕਿ ਯਾਰ ਇਹਦੇ ਵਿੱਚ ਆਟਾ ਕਿੱਥੇ ਆ ਰਾਈਸ ਕਿੱਥੇ ਆ ਅਤੇ ਦਾਲਾਂ ਕਿੱਥੇ ਆ ਇਹ ਚੀਜ਼ਾਂ ਜ਼ਰੂਰੀ ਆ ਸੋ ਉਹ ਆਪਾਂ ਲਿਆਉਣੀਆਂ ਵਾ ਇੰਡੀਅਨ ਸ਼ੋਪ ਤੋਂ ਇੰਡੀਅਨ ਸ਼ੋਪ ਦਾ ਇੱਕ ਆਲਰੇਡੀ ਬਲੌਗ ਪਾਇਆ ਹੋਇਆ ਵਾ ਜੇ ਉਹ ਕਿਸੇ ਨੇ ਨਹੀਂ ਦੇਖਿਆ ਜਾ ਕੇ ਜ਼ਰੂਰ ਦੇਖਿਓ ਅਤੇ ਉਹ ਸਾਰਾ ਲਾ ਲਓ ਕਿ ਆਟਾ ਹੈਗਾ ਉਹ $20 ਦਾ 10 ਕਿਲੋ ਅਤੇ ਜਿਹੜੇ ਰਾਈਸ ਆ ਉਹ ਹੈਗੇ ਆ $12 ਦੇ ਸੋ $32 ਇਹ ਹੋ ਗਏ ਅਤੇ 2-3 ਦਾਲਾਂ ਲਾ ਲਓ $8 ਦੀ ਉਹ ਲਾ ਲਓ ਸੋ ਜਿਹੜਾ ਆਪਣਾ ਆਟਾ ਦਾਲ ਅਤੇ ਰਾਈਸ ਇਹ ਸਾਰਾ ਟੋਟਲ ਹੈਗਾ $40 ਦਾ ਜਿਹੜਾ ਆਹ ਸਾਰੀ ਗਰੋਸਰੀ ਦੇ ਅਮਾਊਂਟ ਆ ਅਤੇ ਪਲੱਸ $40 ਜੋ ਵੀ ਅਮਾਊਂਟ ਆ ਉਹ ਸਾਹਮਣੇ ਤੁਹਾਡੇ ਸ਼ੋਅ ਹੋ ਰਹੀ ਆ ਸੋ ਅੱਜ ਦੀ ਗਰੋਸਰੀ ਸਾਰੀ ਆਪਣੀ ਇਹ ਆ ਜੀ ਆਸਟ੍ਰੇਲੀਆ ਦੇ ਵਿੱਚ 1 ਵੀਕ ਦੀ ਗਰੋਸਰੀ ਦੇ ਵਿੱਚ ਆਹ ਸਾਰਾ ਸਮਾਨ ਹੁੰਦਾ ਵਾ ਸੋ ਇਹ ਕਿ ਵਧੀਆ ਗਰੋਸਰੀ ਆ ਵਧੀਆ ਖਾ ਪੀ ਸਕਦੇ ਤੁਸੀਂ ਵੀਕਲੀ ਵੈਸੇ ਜ਼ਿਆਦਾਤਰ ਲੋਕ ਵੀਕਲੀ ਗਰੋਸਰੀ ਕਰਦੇ ਆ ਉਹ ਤੁਹਾਡੀ ਮਰਜ਼ੀ ਆ ਤੁਸੀਂ 2 ਵੀਕ ਦੀ ਇਕੱਠੀ ਕਰ ਲਓ ਜਾਂ 3 ਵੀਕ ਦੀ ਇਕੱਠੀ ਕਰ ਲਓ ਅੱਜ ਤੁਸੀਂ ਡਿਸਕਾਊਂਟ ਚਾਹੁੰਦੇ ਹੋ ਤਾਂ ਫਲਾਈ ਬਾਇਸ 'ਤੇ ਜਾ ਕੇ ਆਪਣਾ ਸਾਈਨ ਇਨ ਕਰ ਲਓ ਇਹਦੇ ਵਿੱਚ ਡਿਸਕਾਊਂਟ ਆਫਰ ਚੱਲਦੀਆਂ ਰਹਿੰਦੀਆਂ ਨੇ ਥੋੜ੍ਹਾ ਬਹੁਤ ਡਿਸਕਾਊਂਟ ਮਿਲ ਜਿਵੇਂ $100 ਦੀ ਗਰੋਸਰੀ ਬਾਏ ਕਰਦੇ ਹੋ ਅਤੇ ਪੁਆਇੰਟਸ ਮਿਲ ਜਾਂਦੇ ਕਈ ਵਾਰ ਤੁਹਾਨੂੰ ਆਫ ਮਿਲ ਜਾਂਦਾ 20% ਆਫ 30% ਆਫ ਸਾਰਾ ਆਫ ਮਿਲਦਾ ਰਹਿੰਦਾ ਸੋ ਇਹ ਹੀ ਜੀ ਕੁਇਕ ਵੀਡੀਓ ਛੋਟੀ ਜਿਹੀ ਵੀਡੀਓ ਆ ਸੋ ਹੋਪ ਕਰਦੇ ਕਿ ਤੁਹਾਨੂੰ ਵਧੀਆ ਲੱਗੀ ਹੋਊ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਅਤੇ ਮਿਲਦੇ ਤੁਹਾਨੂੰ ਅਗਲੇ ਵਲੌਗ 'ਚ ਟਿਲ ਦੈਨ ਬਾਬਾ ਟੇਕ ਰਹੋ ਨਾ ਸਾਰਾ ਸਮਾਨ ਸਮੇਟੀਏ ਅਤੇ ਡਿਨਰ ਕਰੀਏ ਥੈਂਕ ਯੂ ਰੱਬ ਰੱਖਾ